ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਨਾਨੀਤ ਕਿਚਨ। ਅੱਜ ਅਸੀਂ ਜਿਹੜੀ ਰੈਸਪੀ ਤੁਹਾਡੇ ਲਈ ਲੈ ਕੇ ਆਏ ਉਹ ਹੈਗਾ ਜੀ ਹਲਵਾ। ਅਸੀਂ ਤਾਂ ਇਹਨੂੰ ਹਲਵਾ ਬੋਲਦੇ ਹਾਂ, ਇੰਗਲਿਸ਼ ਨੂੰ ਪੰਪਕਿਨ ਬੋਲਦੇ ਹਾਂ, ਪਰ ਕਈ ਪੰਜਾਬੀ 'ਚ ਇਹਨੂੰ ਪੇਠਾ ਵੀ ਬੋਲਦੇ, ਕਈ ਹਲਵਾ ਕੱਦੂ ਵੀ ਬੋਲਦੇ, ਪਰ ਅਸੀਂ ਜਿਹੜਾ ਇਹਨੂੰ ਹਲਵਾ ਹੀ ਬੋਲਦੇ ਹਾਂ। ਅਤੇ ਅਸੀਂ ਇਹ ਹਲਵਾ ਸਾਡੇ ਫਾਰਮ ਹਾਊਸ ਤੋਂ ਆਇਆ, ਔਰਗੈਨਿਕ ਆ ਵੀ, ਅਤੇ ਅੱਜ ਅਸੀਂ ਇਹਨੂੰ ਇੱਕ ਅਲੱਗ ਤਰੀਕੇ ਨਾਲ ਬਣਾਵਾਂਗੇ, ਸ਼ਾਇਦ ਤੁਸੀਂ ਵੀ ਬਣਾਉਂਦੇ ਹੋਵੋਗੇ। ਅਸੀਂ ਇਹਨੂੰ ਪਹਿਲਾਂ ਛਿੱਲ ਕੇ ਅਤੇ ਧੋ ਲਾਂਗੇ, ਧੋ ਕੇ ਅਤੇ ਇਸਨੂੰ ਅਸੀਂ ਕੱਟ ਲਾਂਗੇ, ਇਹਦੇ ਬੀਜ ਜਿਹੜੇ ਸਾਰੇ ਕੱਟ ਲਾਂਗੇ। ਅਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਪੀਲ ਕਰ ਲਾਂਗੇ, ਇਹਦੀ ਗ੍ਰੀਨ ਜਿਹੜੀ ਉੱਪਰ ਇਹਦਾ ਸਿਲਕਾ ਹੈ ਉਹਨੂੰ ਉਤਾਰ ਲਾਂਗੇ ਚੰਗੀ ਤਰ੍ਹਾਂ। ਜ਼ਿਆਦਾ ਲੋਕ ਜਿਹੜੇ ਆ ਇਹੋ ਜਿਹੀਆਂ ਸਬਜ਼ੀਆਂ ਪਸੰਦ ਨਹੀਂ ਕਰਦੇ, ਜਿਸ ਤਰ੍ਹਾਂ ਬੱਚੇ ਘੀਆ ਪਸੰਦ ਨਹੀਂ ਕਰਦੇ, ਘੀਆ ਤੋਰੀ ਨਹੀਂ ਕਰਦੇ, ਟਿੰਡੇ ਨਹੀਂ ਕਰਦੇ, ਹਲਵਾ ਨਹੀਂ ਕਰਦੇ, ਪਰ ਇਹ ਜਿਹੜੀਆਂ ਸਬਜ਼ੀਆਂ ਅਤੇ ਹੈਲਥ ਬੈਨੀਫਿਟ ਬਹੁਤ ਜ਼ਿਆਦਾ ਨੇ, ਸੋ ਇਹ ਬੱਚਿਆਂ ਨੂੰ ਆਦਤ ਪਾਉਣੀ ਚਾਹੀਦੀ ਖਾਣ ਦੀ, ਵੱਡੇ ਵੀ ਨਹੀਂ ਖਾਂਦੇ ਕਈ, ਸੋ ਪਰ ਅਸੀਂ ਤਾਂ ਸਾਨੂੰ ਪਸੰਦ ਆ, ਅਸੀਂ ਖਾਂਦੇ ਹਾਂ। ਅਤੇ ਇਹ ਮੈਂ ਸਾਰਾ ਚੰਗੀ ਤਰ੍ਹਾਂ ਛਿੱਲ ਕੇ ਅਤੇ ਇਸ ਤਰ੍ਹਾਂ ਮੈਂ ਕਿਊਬਸ ਦੇ ਵਿੱਚ ਕੱਟ ਲਿਆ। ਇਹ ਬੜੀ ਛੇਤੀ ਬਣ ਜਾਂਦਾ ਆ, ਦੋ ਵਿਸਲਾਂ ਕਰਾਓ ਅਤੇ ਬਹੁਤ ਜਲਦੀ ਤੁਸੀਂ ਇਸ ਤਰ੍ਹਾਂ ਵੀ ਜੇ ਖੁੱਲ੍ਹਾ ਵੀ ਬਣਾਉਣਾ ਤਾਂ ਬੜੀ ਜਲਦੀ ਬਣ ਜਾਂਦਾ। ਨਾਲ ਹੀ ਮੈਂ ਪਿਆਜ਼ ਕੱਟ ਲਏ ਵਿੱਚ, ਅਤੇ ਨਾਲ ਮੈਂ ਲਸਣ ਦੀਆਂ 10-12 ਤੁਰੀਆਂ ਜਿਹੜੀਆਂ ਮੈਂ ਲਸਣ ਦੀਆਂ ਲੈ ਲਈਆਂ, ਅਤੇ ਇਹਨੂੰ ਅਸੀਂ ਸਾਬਤ ਪਾ ਲਾਂਗੇ। ਮੇਨ ਚੀਜ਼ ਜਿਹੜੀ ਮੈਂ ਇਹ 'ਚ ਪਾਉਣੀ ਆ ਉਹ ਹੈਗਾ ਜੀ ਅੰਬ ਦੇ ਅਚਾਰ ਦਾ ਮਸਾਲਾ। ਤੁਹਾਨੂੰ ਪਤਾ ਹੈ ਕਿ ਹਰ ਘਰ 'ਚ ਅੰਬ ਦਾ ਅਚਾਰ ਬਣਦਾ ਆ, ਅਤੇ ਉਹਦੇ ਮਸਾਲੇ ਹੋਰ ਕੋਈ ਮਸਾਲਾ ਪਾਉਣ ਦੀ ਲੋੜ ਨਹੀਂ, ਬਸ ਅਸੀਂ ਉਹੀ ਪਾਵਾਂਗੇ। ਇਹ ਅਸੀਂ ਕੁੱਕਰ ਰੱਖ ਲਿਆ ਗੈਸ 'ਤੇ, ਇਹਦੇ ਵਿੱਚ ਪਾਵਾਂਗੇ ਅਸੀਂ ਹੁਣ ਅੰਬ ਦਾ ਮਸਾਲਾ, ਹੋਰ ਕੋਈ ਤੇਲ ਨਹੀਂ ਪਾਵਾਂਗੇ, ਤੇਲ ਵੀ ਅਸੀਂ ਉਹੀ ਜਿਹੜਾ ਮਸਾਲੇ 'ਤੇ ਤੁਸੀਂ ਦੇਖ ਸਕਦੇ ਜੇ, ਇਹ ਮੈਂ ਲੈ ਲਿਆ। ਇਹਦੇ ਵਿੱਚ ਅਸੀਂ ਲਸਣ ਐਡ ਕਰ ਦਾਂਗੇ, ਵਿੱਚ ਹੀ ਪਿਆਜ਼ ਐਡ ਕਰ ਦਾਂਗੇ, ਇਹਨੂੰ ਕਰ ਦਾਂਗੇ ਮਿਕਸ, ਹਿਲਾ ਲਾਂਗੇ ਥੋੜ੍ਹਾ ਜਿਹਾ। ਇਹਦੇ ਵਿੱਚ ਬਸ ਮੈਂ ਥੋੜ੍ਹਾ ਜਿਹਾ ਨਮਕ ਅਤੇ ਹਲਦੀ ਪਾਵਾਂਗੀ, ਥੋੜ੍ਹਾ ਨਮਕ ਐਡ ਕਰ ਦਿੱਤਾ, ਥੋੜ੍ਹੀ ਜਿਹੀ ਹਲਦੀ ਐਡ ਕਰ ਦਿੱਤੀ ਆ, ਅਤੇ ਤੁਸੀਂ ਦੇਖ ਸਕਦੇ ਜੀ ਜਿੰਨਾ ਕੁ ਤੁਹਾਡਾ ਹਲਵਾ ਆ ਉਹਦੇ ਹਿਸਾਬ ਨਾਲ ਤੁਸੀਂ ਨਮਕ ਅਤੇ ਹਲਦੀ ਐਡ ਕਰ ਸਕਦੇ ਜੇ, ਬਾਕੀ ਹੋਰ ਕੁਛ ਪਾਉਣ ਦੀ ਲੋੜ ਨਹੀਂ। ਹੁਣ ਅਸੀਂ ਇਹਦੇ ਵਿੱਚ ਹਲਵਾ ਐਡ ਕਰ ਦਾਂਗੇ ਜਿਹੜਾ ਅਸੀਂ ਕੱਟ ਕੇ ਰੱਖਿਆ ਹੋਇਆ ਸੀ, ਇਹਨੂੰ ਪਾ ਕੇ ਤਾਂ ਅਸੀਂ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਇਹਦੇ 'ਚ ਪਾਣੀ ਪਾਉਣ ਦੀ ਲੋੜ ਨਹੀਂ ਕਿਉਂਕਿ ਇਹਦੇ 'ਚ ਆਲਰੇਡੀ ਪਾਣੀ ਜਿਹੜਾ ਆਪਣਾ ਹੀ ਬਹੁਤ ਹੁੰਦਾ ਆ। ਹੁਣ ਅਸੀਂ ਇਹਨੂੰ ਦੋ ਵਿਸਲਾਂ ਕਰਾਵਾਂਗੇ, ਇਹਨੂੰ ਆਪਾਂ ਲਿਡ ਲਾ ਕੇ ਅਤੇ ਦੋ ਵਿਸਲਾਂ ਕਰਾਵਾਂਗੇ। ਚਲੋ ਜੀ, ਦੋ ਵਿਸਲਾਂ ਹੋ ਗਈਆਂ, ਅਸੀਂ ਹੁਣ ਇਹਨੂੰ ਖੋਲ੍ਹ ਕੇ ਦੇਖਦੇ ਹਾਂ, ਬਣਿਆ ਹੀ ਹੋਏਗਾ। ਲਓ ਜੀ, ਤੁਸੀਂ ਦੇਖ ਸਕਦੇ ਬਣਿਆ ਆ, ਕਿਉਂਕਿ ਇਹ ਬਹੁਤ ਜਲਦੀ ਗਲ ਜਾਂਦਾ, ਬਹੁਤ ਹੀ ਸੌਫਟ ਹੁੰਦਾ ਆ, ਦੇਖਣ ਨੂੰ ਲੱਗਦਾ ਕਿ ਇਹ ਹਾਰਡ ਆ ਪਰ ਬਹੁਤ ਜਲਦੀ ਬਣ ਜਾਂਦਾ ਆ। ਹੁਣ ਅਸੀਂ ਥੋੜ੍ਹਾ ਜਿਹਾ ਫੇਂ ਦਾਂਗੇ, ਇਹਨੂੰ ਮਿਕਸ ਕਰ ਦਾਂਗੇ, ਅਤੇ ਇਹਦੇ ਵਿੱਚ ਖਟਾਸ ਤਾਂ ਤੁਹਾਨੂੰ ਪਤਾ ਕਿ ਅੰਬ ਦੇ ਅਚਾਰ ਦੇ ਮਸਾਲੇ 'ਤੇ ਹੈਗੀ ਆ। ਹੁਣ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਗੁੜ ਐਡ ਕਰ ਦਾਂਗੀ, ਤੁਸੀਂ ਖੰਡ ਵੀ ਐਡ ਕਰ ਸਕਦੇ ਜੇ, ਪਰ ਮੈਂ ਥੋੜ੍ਹਾ ਜਿਹਾ ਗੁੜ ਪਾ ਰਹੀ ਹਾਂ ਇਹਦੇ ਵਿੱਚ, ਅਤੇ ਇਹਦੇ ਨਾਲ ਜਿਹੜਾ ਟੇਸਟ ਹੋਰ ਵੀ ਮਿੱਠਾ ਮਿੱਠਾ ਬਣ ਜਾਂਦਾ, ਖੱਟਾ ਮਿੱਠਾ ਹੋ ਜਾਂਦਾ ਅਤੇ ਟੇਸਟੀ ਲੱਗਦਾ ਆ। ਸੋ ਤੁਸੀਂ ਵੀ ਇਹ ਜ਼ਰੂਰ ਬਣਾ ਕੇ ਦੇਖੋ, ਕਿਉਂਕਿ ਬਹੁਤ ਹੀ ਈਜ਼ੀ ਔਰ ਹੈਲਦੀ ਰੈਸਪੀ ਆ, ਕੋਈ ਜ਼ਿਆਦਾ ਆਇਲ ਨਹੀਂ ਆ, ਆਇਲ ਅਸੀਂ ਤੁਹਾਨੂੰ ਪਤਾ ਕਿ ਅਚਾਰ ਦਾ ਮਸਾਲਾ ਹੀ ਪਾਇਆ। ਸੋ ਹਲਵਾ ਸਾਡਾ ਰੈਡੀ ਆ, ਅਤੇ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ। ਅਤੇ ਸਾਡੇ ਚੈਨਲ 'ਤੇ ਜੇ ਤੁਸੀਂ ਪਹਿਲੀ ਵਾਰ ਆਏ ਜੇ ਤਾਂ ਪਲੀਜ਼ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਕਰਕੇ ਜਾਇਓ,
ਸਾਡੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਐਂਡ ਕਮੈਂਟ ਕਰੋ। ਅਤੇ ਹੁਣ ਅਸੀਂ ਜਿਹੜੀ ਇਹਦੀ ਪਲੇਟਿੰਗ ਕਰ ਦਿੰਦੇ ਹਾਂ। ਜੇ ਤੁਸੀਂ ਬਣਾਉਂਦੇ ਜੇ ਇਸ ਤਰ੍ਹਾਂ ਤਾਂ ਜ਼ਰੂਰ ਦੱਸਿਓ ਕਿ ਅਸੀਂ ਵੀ ਬਣਾਉਂਦੇ ਹਾਂ, ਜੇ ਨਹੀਂ ਬਣਾਉਂਦੇ ਤਾਂ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੱਸਿਓ ਅਤੇ ਕਮੈਂਟ ਕਰਿਓ ਕਿ ਅਸੀਂ ਤੁਸੀਂ ਬਣਾਇਆ ਅਤੇ ਕਿਵੇਂ ਦਾ ਲੱਗਿਆ ਤੁਹਾਨੂੰ। ਅਸੀਂ ਪਲੇਟਿੰਗ ਕਰਤੀ ਆ। ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਸਾਡੀਆਂ ਵੀਡੀਓਜ਼ ਦੇਖਣ ਲਈ।